اللهم كل بريك الحجة بن الحسن عسكري عليه السلام صلواتك عليه وعلى أبائه في حوزه الصوت وفي كل ساعات وليا وحافظا وقائدا وناصرا ودليلا وأن أحطى تسكنه أرزقا توبا وَتُمَتِّعَهُ اَهُ فِيهَا طَوِيلَا دعا ہے کائنات دا خالق و مالک اللہ تواڈا اس پاک دربار وچ ٹرایا قبول فرماوے میرے اللہ جتنے مومن جتنے جتنے قدم چل گئے نے انہاں نوں اجر عظیم عطا فرما دعا ہے جڑے مومن بے اولاد ہیں اولاد رینا عطا فرما جڑے مومن بیمار ہیں शफा अता फरमा जेड़े मोमन बेरोजगार हैं रोजगार वाली अता फरमा मेरे अल्लाह आखिरी दुआ सारे अमीन आखे मेरे अल्लाह साढ़े आखिरी हादी जो महदी दा जल्द जहूर फरमा या रब्बा मोहम्मद व आले मोहम्मद बुलंदतर सलावा माशाल्लाह काफी हजरात बैठे हो उच्ची आवाज नाल सलवात पढ़ो सादिक़ आले मोहम्मद फरमाते हैं जड़ा बंदा साडी ज़ात ते खुश होकर दरूद पढ़े उन रिज़क़ की कमी नहीं आ सकती सारे मुल्क दरूद पढ़ो है जज जो भी शुरू की जाए सलवात पढ़ो सारे मुल्क अल्लाहुम्मा सल्ले अला أعوذ بالله من الشيطان الرجيم بسم الله الرحمن الرحيم صلوات الحمد لله الذي نورا قلوبنا بولاية آل محمد الصلوات والسلام على من كان نبيا و آدم بين الماء والتين صلوا آذان تباد نماز سيد بس ٹائم کے مطابق कोशिश ये कर सके दो मिनट पहले छोड़ा आजान दे बाद नमाज सैयद ते किता मस्जिद विच ऐलान पूछो तो सही सज्जाद केरा ऐलान किता उसी सज्जाद आख्या उसी मेरे कैदा रिहा करो मस्जिद विच ऐलान कड़ा ऐलान की तरुनत रोकिया मेरी चौं साल हाय बहन हाय जेड़े मर गए बिच भला वजना है कि मां हुसैन दी राजी होवे आजान दे बाद नमाज सैयद
ਫੇਕੀਤਾ ਮਸਜਿਦ ਵਿੱਚ ਐਲਾਨ ਸੈਯਦਾਂ ਦਾ ਮੇਰੀ ਚੌਂ ਸਾਲਾਂ ਦੀ ਹਾਇਓ ਬੈਨ ਹਾਏ ਜਿਹੜੇ ਮਰ ਗਏ ਵਿੱਚ ਜ਼ਿੰਦਾਂ ਸੱਜਾ ਦਲਾਨ ਕਿਤੇ ਕੋਈ ਆਇਆ ਜਾਂ ਕੋਈ ਨਾ ਰੁਨਾ ਤਰਾ ਕਿਆਂ ਦਾ ਮੇਰਾ ਕੋਈ ਨਹੀਂ ਮਜ਼ਾ ਜਵਾਬਨ ਵਾਲਾ ਤੇ ਤੁਹਾਡਾ ਦੂਰ ਤਾਂ ਮਹਿਮਾਨ ਕੋਈ ਆਨ ਸ਼ਰੀਕ ਜਨਾਜ਼ਾ ਥੀ ਵੇ ਮੇਰਾ ਥੀ ਗਿਆ ਬਾਨ ਨੁਕਸਾਨ ਆ ਜਿਹੜੇ ਰਵਨ ਦਿਨੀਅਤ ਆਏ ਬੈਠੇ ਮਿਲਲ ਵੇਖਿਆ ਚਾਇਆ ਮੈਯਤ ਸਜਾ ਕਸ ਰਸੀਆਂ ਦੇ ਹਵਾ ਚੁਮਾ ਦੀਆਂ ਹੈ ਨਾ ਅਕਬਰ ਦੀਆਂ ਪੁੱਫੀਆਂ ਮਾਂ ਡਾ ਕਰਦੇ ਪਿਓ ਦੇ ਹਵਾ ਗੁਰਬਤ ਦਾ ਤੇ ਤੱਕ ਕਿਹੜਾ ਦਰਾ ਦੁਸੁਨਾਵਾ ਪਿਆ ਪੁੱਛਦਾ ਏ ਪਿਓ ਦੇ ਆਵੋ ਕਾਤਲ ਤੋਂ ਕਿਥ ਬੈਨ ਦੇ ਕਬਾ ਮਾਂ ਹੁਸੈਨ ਦੀ ਰਾਜੀ ਆਵੇ ਮੇਰਾ ਦਿਲ ਚਾਹੁੰਦਾ ਹੈ ਉਸਦੇ ਥੋੜ੍ਹੇ ਦੁੱਖ ਸੁਣਾਵਾਂ ਜਦ ਜ਼ਿੰਦਗੀ ਥੋੜ੍ਹੀ ਤੇ ਦੁੱਖ ਦੇ ਰਹਿਣ ਜ਼ਿੰਦਾਂ ਨੂੰ ਮਿਲਾ ਜਾਂਦੀ ਛੱਤ ਕੋਈ ਨਾ ਰੋਣ ਤੇਰੇ ਵਾਸਤੇ ਹਾਏ ਜ਼ਰੂਰ ਕੀਤੀ ਕਰ ਇਮਾਮ ਹੁਸੈਨ ਫਰਮਾਇਆ ਸਾਡੇ ਗਾਮ ਵਿੱਚ ਇਵੇਂ ਰੁਨਾ ਕਰ ਜਿਵੇਂ ਬੁੱਢੜੀ ਮਾਂ ਜਵਾਨ ਪੁੱਤਰ ਦੀ ਲਾਸ਼ ਤੇ ਰੋਂਦੀ ਹੈ ਬਸ ਦੋ ਜਾਂ ਤਰ੍ਹਾਂ ਮਿੰਟ ਮਿਲਾ ਲਿਖਿਆ ਹੈ ਜ਼ਿੰਦਾਂ ਨੂੰ ਮਿਲਾ ਜਾਂਦੀ ਛੱਤ ਕੋਈ ਨਾ ਜ਼ਿੰਦਾਂ ਦੀ ਛੱਤ ਕੋਈ ਨਾ ਸੁਬਾਹ ਹੋਵੇ ਆ ਪੱਖੇ ਗੁਜ਼ਰੇ ਨਾ ਸੱਜਾਦ ਦੇ ਕੋਲ ਆ ਬਵਿਆ ਸੱਜਾਦ ਇਹ ਪੱਖੇ ਕਹਿੰਦੇ ਪਏ ਵੇਂਦੇ ਨੇ ਸੱਜਾਦ ਆਖੇ ਸਕੀਨਾ ਆਪਣੇ ਆਪਣੀ ਰੋਜ਼ੀ ਦੀ ਤਲਾਸ਼ ਨੂੰ ਵੇਂਦੇ ਨੇ ਸ਼ਾਮ ਹੋਵਿਆ ਪੱਖੇ ਵਾਪਸ ਵਤਨ ਤੇ ਵੱਲਣਾ ਸੱਜਾਦ ਦੇ ਕੋਲ ਆਵਿਆ ਸੱਜਾਦ ਸੁਬਾਹ ਤੇ ਤਾਇਆ ਕਹਾ ਪੱਖੇ ਵਤਨ ਤੇ ਰੋਜ਼ੀ ਦੀ ਤਲਾਸ਼ ਨੂੰ ਵੱਲੇ ਵੇਂਦੇ ਨੇ ਹੁਣ ਦਸਾਨਾ ਪੱਖੇ ਕਹਿੰਦੇ ਪਏ ਵੇਂਦੇ ਨੇ ਜੁਨਾ ਤਰੋਕਿਆਂ ਦਾ ਸਕੀਨਾ ਆਪਣੇ ਆਪਣੇ ਵਤਨ ਤੇ ਇਸ ਇਲਾਕੇ ਵਾਲੇ ਵਤਨ ਦਾ ਨਾਮ ਆਇਆ ਤਰੋਕਿਆਂ ਦੀ ਸਜਾਦ ਪੱਖੀ ਵਤਨ ਤੇ ਵੱਲੀ ਵੇਨਨ ਕਦਾ ਅਸਾਂ ਵੀ ਵਤਨ ਤੇ ਸਾਂ ਰੱਤ ਵੱਧ ਪਈਏ ਤੇ ਬੈਨੋ ਹਾਂ ਨਾ ਲਾ ਕਿਆਂ ਸਕੀਨਾ ਹਰ ਕੋਈ ਵੈਸੇ ਲੇਕੀ ਤੇਰੀ ਕਬਰ ਸ਼ਾਮ ਬੰਦਨੇ ਹੈ ਭਲਾ ਹੋਵੇ ਹਰ ਕੋਈ ਵੈਸੀ ਲੇਕਿਨ ਤੇਰੀ ਕਬਰ ਸ਼ਾਮ ਬੰਦਨੇ ਹੈ ਏਡੀ ਰੋਵੇ ਹਾ ਬਾਬੇ ਕੁਝ ਸ਼ਾਮ ਦੀਆਂ ਦੀਵਾਰਾਂ ਹੱਲ ਵੈਂਦੀਆਂ ਸ਼ਰੀਫਾਂ ਤੋਂ ਪੁੱਤਰਾਂ ਵੱਲੋਂ ਜ਼ਿਆਦਾ ਦੀਆਂ ਪਿਆਰੀਆਂ ਹੁੰਦੀਆਂ ਇਤਨੀ ਰੋਵੇ ਆ ਬਾਬੇ ਕੋ ਜੋ ਸ਼ਾਮ ਦੀਆਂ ਦੀਵਾਰਾਂ ਹੱਲ ਵੈਂਦੀਆਂ ਇਹ ਹਰਾਮੀ ਸਿਪਾਹੀ ਨੂੰ ਗੱਲਾਂ ਜਾ ਸੱਟ ਸੱਜਾਦ ਨੂੰ ਦਰਬਾਰ ਸਿਪਾਹੀ ਆਇਆ ਇਮਾਮ ਸੁੱਤਾ ਆਈ ਇਹ ਸਾਕ ਇਮਾਮ ਨੂੰ ਆਵਾਜ਼ ਨਹੀਂ ਦਿੱਤੀ ਇਹ ਸਾਕ ਇਮਾਮ ਦਾ ਜ਼ੰਜੀਰ ਹਿਲਾਏ ਜਿਸ ਜ਼ਰੇ ਜ਼ੰਜੀਰ ਹਿਲਾਏ ਨਾ ਸਹਰਾਮੇ ਮੇਰੇ ਇਮਾਮ ਦੀ ਅੱਖ ਖੁੱਲ੍ਹੀ ਏ ਇਸ ਲਈ ਵੇਖ ਕਹਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ ਬੰਦੇ ਮੈਨੂੰ ਇੱਥਾਂ ਕੈਦੀ ਜਾਂਦੇ ਮੇਰਾ ਨਾਮ ਨਹੀਂ ਵੀ ਆਉਂਦਾ ਮੈਂ ਕੋਈ ਕੈਦੀ ਚਾ ਛੱਡੇ ਹਾਂ ਮੈਡੇ ਜ਼ੰਜੀਰ ਹਿਲਾਏ ਨਹੀਂ ਮੈਡੇ ਜ਼ਖਮ ਦੁਖਾਏ ਨਹੀਂ ਬਲਾਵੇ ਮੈਡੇ ਜ਼ੰਜੀਰ ਹਿਲਾਏ ਨਹੀਂ ਮੈਡੇ ਜ਼ਖਮ ਦੁਖਾਏ ਨਹੀਂ ਮੈਡਾ ਸੰਗਤੀ ਦਗਾਇਆ ਏ ਪਿਓ ਤੇ ਪੁੱਤਰ ਦੀ ਮੁਹੱਬਤ ਆਖਣ ਜਾਂ ਮਜਬੂਰੀ ਅਸਮੀਰ ਵੇਖਿਆ ਬਿਆਨ ਕਰਾਂ ਪਿਓ ਤੇ ਪੁੱਤਰ ਦੀ ਮੁਹੱਬਤ ਆਖਾਂ ਜਾਂ ਮਜਬੂਰੀ ਜਿੱਥੇ ਪਿਓ ਵੰਜੇ ਹਾਂ ਪੁੱਤਰ ਨਾਲ ਵੰਜਦਾ ਪਿਓ ਉੱਠਦਾ ਹਾਂ ਪੁੱਤਰ ਨਾਲ ਉੱਠਦਾ ਪਿਓ ਬਾਵੇ ਹਾਂ ਪੁੱਤਰ ਨਾਲ ਬਾਂਦਾ ਸੱਜਾਦ ਉੱਠਾਏ ਕੜੀ ਤੇ ਕੜੀ ਲੱਗੀ ਏ ਅਲੀ ਦੀ ਜੀ ਦੀ ਅੱਖ ਖੁੱਲ ਗਈ ਏ ਲੋਕ ਕਹਿੰਦੀ ਏ ਸੱਜਾਦ ਕਿਨ ਤਿਆਰੀ ਏ ਤੂੰ ਫੇਰ ਮਾਂ ਪੇਸ਼ੀ ਏ
आंधी सजाद अल्लाह दे जहान ते दीद मारना कहें दे अस टाइम पेश आउंदियां रात वाद पयत रोग न पुपी मन ना रवा दिन दे पेश आउंदा दे आउंदियां जिन्ना दा कोई वारस होवे दिन दे पेश आ उना दे आउंदियां जिन्ना दा कोई वारस होवे। अच्छा सजाद याद रखें जब तक वापस ना वल सहमत रा इंतजार करे सा इमाम दरबार चाहे इमाम आके हाँ हरम में क्यों सजाई है सवेरे दरबार अंदर सजाद बस एक गल का मैं को जवाब दे तेरे जिंदान च कौन रोंदी है इमाम जाले पास वेख के तेन शर्म नहीं आती कोई हिक रोंदी है जैंदा 18 साल का टुरा है वह माँ भी रोंदी है जैंदा जींदा हाथ लाश से घोड़े बच गए वह माँ भी रोंदी है वह कमीना जैंदा 6 महीनों का हाथ त्रै फला तीर खा गया वह माँ अजा छांद नहीं बांधी ए आंदा हरामी सजाद सारियां दा नहीं पुछदा मैं को ए दसा जड़ी तेरे जिंदान च बाबा बाबा कल के लग रोंदी है तेरी कुछ लगदी है। इमाम फरमाया मेरी बहन ए हरामियां दा सजाद वो चुप नहीं करती इतना रोंदी है जो मेरे आराम में खलल पैदा होंदी है इस नु चुप करावन दा कोई तरीका इमाम फरमाया एक तरीका है ए हरामियां दा केड़ा तरीका इमाम फरमाया मेरे बाबे दा सर में को दे मेरी बहन चुप कर बंदी ए हरामियां दा सजाद तू किवें वादा करदा है इमाम फरमाया मैं जो प्यादा मेरे बाबे दा सर दे मेरी बहन चुप कर वैसे ए हरामी इस भाई ने हुक्म दिता है इसनु सर दियो मुद्दत दे बाद बस मेरा लिखा बयान करा प्यो दा सर पुत्र दे हत्थां च आया है देंदा है प्यो अखां नहीं खोलियां इमाम एक कदम चाया है ए हरामी अगो वध्या है सजाद याद रखें ए सर सिर्फ दी वास्ते बहना हाथ ना लावन इमाम आख्या ठीक मेरे इमाम जिंदान दे दर ते आए प्यो दे सर नूं देंदा प्यो अखां नहीं खुलियां किस्मत दी बात है चलो जुमला आ गया तब जोड़ियां च पावां केड़ा बंदा है जरा जुमले ते हाई कर सी किस्मत दी बात है प्यो दियां रगा च रते पोतर दियां अखां च रते मैं फिर आंदा प्यो दियां रगा च रते पोतर दियां अखी च रते जां को मिलन वेंदा पिया ओंदे कन्ना च रते बलावज ना है कीते इमाम बाबे दा सर चाया है 5 मिनट देंदा रह जो प्यो अखां नहीं खोलियां रुन्ना है मेरा इमाम बाबा ओ कहदी दा सलाम होवे ओए सिलंग आले सलाम दा नाम आया है जब मेरे इमाम दी अखी खुलियां सजाद चिट्टी दाड़ी तदीद पई है रुन्ना तरो क्यों दा सजाद जवानी अज दाड़ी सफेद क्यों होई है रात वाद पई है तरो क्यों दा बाबा हिक वेला हाद कंदो अज दाड़ी सफेद थई है रो क्यों दा सजाद पर के मैं अकबर लाश जाए मेरे दाड़ी ता सफेद होया आंदा बाबा तू सा अकबर दे लाश जाए जब तुहाडी दाड़ी ता सफेद होया मेरे कोल पुछो जो मेरी दाड़ी किवें सफेद होइए प्यो दे सर कुहाना ला के आंदा जिठी मां टुर दे हना लख दे विच है हो गए जाजी बाबा नो करा डिठी मां टुर दे हना लख दे विच गए दाड़े रंगा बदलाए सैयदां दे सजाद अपने दुख सुनाए ने मैं कुड़सा मेरी सकीना किन गई है सैयदां दे बाबा मिट्टी ते समी होई है सैयदां दे सजाद मेरा सर सकीना दे सीने ते रख छोड़ मेरे मां बैंद सर चाया जो बैंद सीने दे उत्ते रखा है सैयदां दे सकीना बाबा मिलन आए मेरी सैन अखां नहीं खोलियां इमाम कैसे
सकीना करबला द गरीब बाबा मिलन आए ओए सिला के आले मेरी सैन दी अख गुलियां दे मां दे चेहरे ते दीद पई है निक निक हाथ नाल तेरा साव कर के आंदी बाबा क्या दसावा देर लगे है होवे चाहे सफरा दे किस्मत दा पा नवीना सब छोटे कैदना